ਦਰਸ਼ਕੋ ਹੁਣ ਅਸੀਂ ਤੁਹਾਡੀ ਮੁਲਾਕਾਤ ਇੱਕ ਬਹੁਤ ਹੀ ਐਕਟਿਵ ਬ੍ਰਿਗੇਡੀਅਰ ਐਸ ਐਸ ਸੰਧੂ ਜੀ ਨਾਲ ਕਰਵਾ ਰਹੇ ਹਾਂ, ਜਿਨ੍ਹਾਂ ਦਾ ਲਾਈਫ ਸਟਾਈਲ ਮੈਨੂੰ ਬਹੁਤ ਪਸੰਦ ਆਇਆ ਅਤੇ ਇਹਨਾਂ ਦੀ ਸਿਹਤ ਬਹੁਤ ਅੱਛੀ ਆ ਅਤੇ ਬਹੁਤ ਹੀ ਫਿਜ਼ੀਕਲੀ ਅਤੇ ਮੈਂਟਲੀ ਐਕਟਿਵ ਨੇ ਅਤੇ ਆਪਣਾ ਇਹਨਾਂ ਦਾ ਜਿਹੜਾ ਹੈਗਾ ਆਰਮੀ ਦਾ ਪ੍ਰੋਫਾਈਲ ਅਤੇ ਇਹਨਾਂ ਦਾ ਪਰਸਨਲ ਪ੍ਰੋਫਾਈਲ ਅਸੀਂ ਡਿਸਕਸ ਕਰਾਂਗੇ ਸਾਡੇ ਪ੍ਰੋਗਰਾਮ 'ਚ। ਬ੍ਰਿਗੇਡੀਅਰ ਸਾਹਿਬ ਸਵਾਗਤ ਹੈ। ਸਭ ਤੋਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਅਸੀਂ ਤੁਹਾਡੀ ਆਰਮੀ ਪ੍ਰੋਫਾਈਲ ਦੇਖ ਲਈਏ, ਕਦੋਂ ਨੌਕਰੀ ਜੁਆਇਨ ਕੀਤੀ ਸੀ ਅਤੇ ਕਿਹੜੇ ਕਿਹੜੇ ਜਿਹੜੇ ਹੈਗੇ ਪੜਾਵਾਂ ਵਿੱਚੋਂ ਲੰਘੇ ਤੁਸੀਂ? ਸਭ ਤੋਂ ਪਹਿਲਾਂ ਮੈਂ ਇੰਡੀਅਨ ਮਿਲਟਰੀ ਅਕੈਡਮੀ 1964 'ਚ ਜੁਆਇਨ ਕੀਤੀ। ਅੱਛਾ ਜੀ। ਅਤੇ 1965 ਜੂਨ 'ਚ ਮੈਨੂੰ ਕਮਿਸ਼ਨ ਮਿਲਿਆ। ਹਾਂਜੀ। ਕਮਿਸ਼ਨ ਤੋਂ ਬਾਅਦ ਮੈਂ ਰੈਜੀਮੈਂਟ ਆਫ ਆਰਟਿਲਰੀ ਦੇ ਵਿੱਚ ਗਿਆ। ਹਾਂਜੀ। ਜਿਹਨੂੰ ਕਿ ਪੰਜਾਬੀ ਤੋਪਖਾਨਾ ਕਹਿੰਦੇ। ਅੱਛਾ ਜੀ। ਰਿਟਾਇਰਮੈਂਟ ਹੋਣ ਤੱਕ ਮੈਂ ਤੋਪਖਾਨੇ 'ਚ ਹੀ ਰਿਹਾ। ਅੱਛਾ ਜੀ। ਅਤੇ ਆਪਣੀ ਨੋਰਮਲ ਟ੍ਰੇਨਿੰਗ ਕਰਦੇ ਸੀਗੇ। ਹਾਂਜੀ। ਅਤੇ ਨੋਰਮਲ ਕੋਰਸਿਸ ਕੀਤੇ। ਹਾਂਜੀ। ਜੋ ਕਿ ਆਰਮੀ ਦੇ ਵਿੱਚ ਕੋਈ ਵੀ ਸਕਸੈਸਫੁਲ ਕੈਰੀਅਰ ਜਿਹੜਾ ਚਾਹੁੰਦਾ ਬੰਦਾ, ਹਾਂਜੀ ਹਾਂਜੀ, ਉਹ ਮੈਂ ਸਾਰੇ ਕੋਰਸ ਕੀਤੇ ਆ। ਹਾਂਜੀ ਹਾਂਜੀ। ਮਤਲਬ ਟੂ ਨੇਮ ਫਿਊ ਜਿਹੜੇ ਮੇਨ ਕੋਰਸਿਸ ਹੁੰਦੇ ਆ, ਹਾਂਜੀ, ਉਹ ਹੈਗੇ ਆ ਜਿੱਦਾਂ ਸਟਾਫ ਕਾਲਜ, ਹਾਂਜੀ, ਲੌਂਗ ਗਨਰੀ ਸਟਾਫ ਕੋਰਸ, ਹਾਂਜੀ, ਅਤੇ ਹਾਇਰ ਕਮਾਂਡ ਕੋਰਸ। ਹਾਂਜੀ। ਇਹ ਮੈਂ ਸਾਰੇ ਕੀਤੇ ਆ। ਉਦੋਂ ਫਿਰ ਲੜਾਈਆਂ ਵੀ ਵਿੱਚ ਮੇਰੇ ਖਿਆਲ ਇੱਕ ਦੋ ਆ ਗਈਆਂ ਸੀ ਸਾਡੀ, ਉੱਧਰ ਵੀ ਕੁਛ ਤੁਹਾਡੀ ਕੰਟਰੀਬਿਊਸ਼ਨ? ਹਾਂਜੀ, ਵੈਰੀ ਮੱਚ। ਹਾਂਜੀ। 1971 ਵਾਰ, ਹਾਂਜੀ, ਮੈਂ ਬੜਾ ਐਕਟਿਵਲੀ ਪਾਰਟੀਸਪੇਟ ਕੀਤਾ। ਕਿਹੜੀ ਸਾਈਡ ਤੇ ਸੀ ਉਸ ਵੇਲੇ? ਅਸੀਂ ਉਦੋਂ ਪੁੰਛ ਵਿੱਚ ਸੀ। ਅੱਛਾ, ਪੁੰਛ ਵਿੱਚ। ਅੱਛਾ, ਉਹ ਤਾਂ ਬੜਾ ਮਤਲਬ ਹਾਈ ਪ੍ਰੋਫਾਈਲ ਏਰੀਆ ਸੀ ਲੜਾਈ ਵਿੱਚ। ਪੁੰਛ ਦੇ ਵਿੱਚ ਹਾਂਜੀ ਸਭ ਤੋਂ ਜਿਹੜਾ ਮੈਕਸੀਮਮ ਐਂਡ ਹੈਵੀ ਅਟੈਕ ਜਿਹੜਾ ਆਇਆ ਸੀਗਾ, ਹਾਂਜੀ, ਉਹ ਸਾਡੇ ਏਰੀਆ ਦੇ ਬਰਖਲਾਫ ਆਇਆ ਸੀਗਾ। ਉਦੋਂ ਕੀ ਰੈਂਕ ਸੀ ਤੁਹਾਡਾ? ਕੈਪਟਨ ਸੀਗਾ। ਅੱਛਾ, ਉਦੋਂ ਕੈਪਟਨ ਸੀ। ਤੇ ਮੈਂ ਇੱਕ ਸਿੱਖ ਬਟਾਲੀਅਨ ਦੇ ਨਾਲ ਓਪੀ ਅਫਸਰ ਸੀਗਾ। ਅੱਛਾ ਜੀ। ਉਹਨਾਂ ਦੇ ਨਾਲ ਰਹਿਣ ਕਰਕੇ ਮੈਂ ਤਕਰੀਬਨ ਉਹ ਬਟਾਲੀਅਨ ਦਾ ਇੱਕ ਹਿੱਸਾ ਬਣ ਗਿਆ ਸੀ। ਹਾਂਜੀ ਹਾਂਜੀ। ਅਤੇ ਉਹਨਾਂ ਦੇ ਨਾਲ ਰਹਿਣ ਕਰਕੇ ਅਸੀਂ ਲੜਾਈ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਪਰਫੋਰਮ ਕਰ ਸਕੇ। ਹਾਂਜੀ ਹਾਂਜੀ। ਕਿ ਦੁਸ਼ਮਣ ਦਾ ਜਿਹੜਾ ਅਟੈਕ ਸਾਡੇ 'ਤੇ ਆਇਆ ਸੀਗਾ, ਹਾਂਜੀ, ਉਹਨੂੰ ਬਹੁਤ ਚੰਗੀ ਤਰ੍ਹਾਂ ਉਹਨੂੰ ਅਸੀਂ ਰਿਪਲਸ ਕੀਤਾ ਅਤੇ ਦੁਸ਼ਮਣ 'ਤੇ ਬਹੁਤ ਹੈਵੀ ਕੈਜੂਲਿਟੀ ਇਨਫਲਿਕਟ ਕੀਤੀ ਅਤੇ ਉਹ ਸਮਝੋ ਕਿ ਸਾਡਾ ਬਹੁਤ ਵੱਡੀ ਸਕਸੈਸ ਸੀ। ਬਹੁਤ ਅੱਛੀ ਗੱਲ। ਫਿਰ ਉਹ ਤੋਂ ਬਾਅਦ 'ਚ ਫਿਰ ਕਿਹੜੇ ਕਿਹੜੇ ਜਿਵੇਂ ਤੁਸੀਂ ਸਟਾਫ ਕਾਲਜ ਜਾਂ ਹੋਰ ਕਿਹੜੇ ਟ੍ਰੇਨਿੰਗ ਮੇਜਰ ਜਿਹੜਾ ਪਾਰਟੀ? ਉਸ ਤੋਂ ਬਾਅਦ ਜਦੋਂ ਲੜਾਈ ਖਤਮ ਹੋਈ, ਹਾਂਜੀ, ਤਾਂ ਉਦੋਂ ਬਾਅਦ ਫਿਰ ਮੈਂ ਸਿਲੈਕਟ ਹੋ ਗਿਆ ਲੌਂਗ ਗਨਰੀ ਸਟਾਫ ਕੋਰਸ ਵਾਸਤੇ। ਹਾਂਜੀ। ਇਹ ਦੇਵਲਾਲੀ ਕੋਰਸ ਹੁੰਦਾ ਸਾਡਾ ਇੱਕ ਸਾਲ ਦਾ। ਅੱਛਾ ਜੀ। ਯਾਨੀ ਇਹਦੇ 'ਚ ਸਮਝੋ ਕਿ ਗਨਰੀ 'ਤੇ ਇੱਕ ਟੌਪ ਦਾ ਕੋਰਸ ਹੈ। ਅੱਛਾ ਜੀ। ਇਹ ਹਰ ਇੱਕ ਨੂੰ ਨਹੀਂ ਮਿਲਦਾ ਜਿਨ੍ਹਾਂ ਦਾ ਰਿਕਾਰਡ ਠੀਕ ਹੋਵੇ। ਹਾਂ, ਇਹ ਸਿਲੈਕਸ਼ਨ 'ਤੇ ਮਿਲਦਾ। ਜੀ ਜੀ। ਅਤੇ ਮੈਨੂੰ ਉਹ ਮਿਲਿਆ। ਹਾਂਜੀ। ਉਸ ਤੋਂ ਬਾਅਦ ਫਿਰ ਮੈਂ ਕੋਰਸ ਕਰਨ ਤੋਂ ਬਾਅਦ ਮੈਂ ਯੂਨਿਟ 'ਚ ਵਾਪਸ ਗਿਆ। ਹਾਂਜੀ। ਤਾਂ 2 ਸਾਲ ਬਾਅਦ ਮੈਨੂੰ ਫਿਰ ਕਾਲਜ ਆਫ ਕੌਂਬੈਟ ਜੇ ਸੀ ਇਨਫੈਂਟਰੀ ਦੇ ਵਿੱਚ ਮੈਨੂੰ ਇੰਸਟਰਕਟਰ ਦੀ ਜੋਬ ਮਿਲੀ। ਅੱਛਾ ਜੀ। ਸੋ ਆਈ ਵਾਜ਼ ਇੰਸਟਰਕਟਰ ਇਨ ਦੀ ਕਾਲਜ ਆਫ ਕੌਂਬੈਟ ਇਨ ਦੀ ਜੇ ਸੀ ਵਿੰਗ ਫੋਰ ਅਬਾਊਟ 2.5 ਈਅਰਸ। ਹਾਂਜੀ ਹਾਂਜੀ, ਠੀਕ ਹੈ। ਉਦੋਂ ਬਾਅਦ ਜਦੋਂ ਉੱਥੋਂ ਮੇਰੀ ਪੋਸਟਿੰਗ ਵਾਪਸ ਯੂਨਿਟ 'ਚ ਹੋਈ, ਹਾਂਜੀ, ਤਾਂ ਮੈਂ ਸਟਾਫ ਕਾਲਜ ਲਈ ਅਪੀਅਰ ਹੋਇਆ। ਹਾਂਜੀ ਹਾਂਜੀ। ਤਾਂ ਸਟਾਫ ਕਾਲਜ ਵਿੱਚ ਮੈਂ ਕੰਪੀਟੀਟਿਵ ਵੈਕੈਂਸੀ ਨਾਲ ਪਾਸ ਹੋਇਆ ਅਤੇ ਉਸ ਤੋਂ ਬਾਅਦ ਫਿਰ ਮੈਂ ਬਲਿੰਗਟਨ ਸਟਾਫ ਕੋਰਸ ਕੀਤਾ ਸਾਲ ਦਾ। ਹਾਂਜੀ ਹਾਂਜੀ। ਉਹ ਕੋਰਸ ਖਤਮ ਕਰਨ ਤੋਂ ਬਾਅਦ ਮੈਂ ਫਿਰ ਯੂਨਿਟ 'ਚ ਵਾਪਸ ਰੈਜੀਮੈਂਟ ਦੇ ਵਿੱਚ ਪੋਸਟ ਹੋਇਆ। ਉਸ ਤੋਂ ਬਾਅਦ ਫਿਰ ਮੈਂ, ਹਾਂਜੀ, ਮੇਰੀ ਸਿਲੈਕਸ਼ਨ ਹੋਈ, ਪ੍ਰਮੋਸ਼ਨ ਹੋਈ, ਹਾਂਜੀ, ਲੈਫਟੀਨੈਂਟ ਕਰਨਲ ਬਣਿਆ ਅਤੇ ਮੈਂ ਰੈਜੀਮੈਂਟ ਦਾ ਕਮਾਂਡਿੰਗ ਅਫਸਰ ਬਣਿਆ। ਹਾਂਜੀ। ਵਿੱਚ ਆਈ ਕਮਾਂਡਡ ਫੋਰ 3 ਈਅਰਸ। ਕਿਹੜੀ ਜਗ੍ਹਾ ਸੀ ਉਦੋਂ? ਦੈਟ ਟਾਈਮ ਆਈ ਵਾਜ਼ ਇਨ ਦ ਈਸਟ। ਅੱਛਾ। ਦੇਅਰ ਆਫਟਰ ਦ ਰੈਜੀਮੈਂਟ ਮੂਵ ਟੂ ਕਸ਼ਮੀਰ ਏਰੀਆ। ਵੈਰੀ ਗੁੱਡ। ਐਂਡ ਦੈਨ ਆਈ ਕਮਾਂਡਡ ਦ ਰੈਜੀਮੈਂਟ ਫੋਰ ਫੁੱਲ 5 ਈਅਰਸ ਐਂਡ ਇਨ ਦੈਟ ਟੁਵਰਡ ਦੀ ਐਂਡ ਆਫ ਮਾਈ ਕੈਰੀਅਰ ਆਫ ਦੀ ਰੈਜੀਮੈਂਟ ਨਿਓਰ ਆਈ ਆਲਸੋ ਹੈਪਨ ਟੂ ਟੇਕ ਪਾਰਟ ਇਨ ਆਫ ਪਵਨ ਇਨ ਸ਼੍ਰੀਲੰਕਾ ਫੋਰ 1 ਈਅਰ। I commanded the regiment in that area. ਜਿਹੜਾ ਇੰਡੀਅਨ ਪੀਸਕੀਪਿੰਗ ਫੋਰਸ? ਯੈਸ, ਰਾਈਟ, ਪਾਰਟ ਆਫ ਇੰਡੀਅਨ ਪੀਸਕੀਪਿੰਗ ਫੋਰਸ। ਯੈਸ ਸਰ। ਉਸ ਤੋਂ ਬਾਅਦ ਮੇਰੀ ਪੋਸਟਿੰਗ ਵਾਪਸ ਸਕੂਲ ਆਫ ਆਰਟਿਲਰੀ ਐਜ਼ ਇੰਸਟਰਕਟਰ ਹੋ ਗਏ। ਜੀ ਜੀ। ਸੋ ਆਈ ਸਟੇਡ ਦੇਅਰ ਫੋਰ ਅਬਾਊਟ 1 ਈਅਰ ਐਂਡ ਫਰੋਮ ਦੇਅਰ ਆਈ ਵਾਜ਼ ਸਿਲੈਕਟਿਡ ਫੋਰ ਦੀ ਹਾਇਰ ਕਮਾਂਡ ਕੋਰਸ ਵਿਚ ਆਈ ਡਿਡ ਇਨ ਕਾਲਜ ਆਫ ਕੰਬੈਟ ਮਾਓ ਐਂਡ ਦੈਟ ਕੋਰਸ ਵਾਜ਼ ਫੋਰ ਅਬਾਊਟ 1 ਈਅਰ
After the completion of course, I was posted in College of Combat in the staff, where I stayed there for 3 years. And after completing of that tenure, I got promotion to become a brigadier. I was posted as commander artillery of an RT brigade. Kithe thi posting thadi? Where was that? That was in Dehradun. Haanji. Te us nu command kar to baad फिर मेरी पोस्टिंग हुई नॉर्थ ईस्ट एज सब एरिया कमांडर. अच्छा अच्छा नॉर्थ ईस्ट वो भी बड़ा मेन एरिया है डिफेंस पॉइंट ऑफ व्यू ना. वेरी तो इट वाज अ वेरी बिग रिस्पांसिबिलिटी एंड आई वाज फॉर्चुनेट फॉर दैट अपॉइंटमेंट एंड आई कुड डू व्हाटएवर लिटिल आई कुड. तो तुम मैंने दसया तुम 20 साल रिटायर ਹੋਏ ਮਤਲਬ ਰਿਟਾਇਰ ਹੋ ਗਏ ਹੈਗੇ ਤੁਹਾਨੂੰ 20 ਸਾਲ ਹੋ ਗਏ ਹੈਗੇ ਪਰ ਤੁਸੀਂ ਅਜੇ ਵੀ ਤੁਹਾਡੀ ਫਿਜ਼ੀਕਲੀ ਅਤੇ ਮੈਂਟਲੀ ਬਹੁਤ ਸੋਹਣੀ ਸੀ ਅਤੇ ਮੈਨੂੰ ਬਹੁਤ ਅੱਛਾ ਲੱਗਾ ਹੈਗਾ ਅਤੇ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ. ਅਤੇ ਇੱਥੇ ਤੁਸੀਂ ਸਿਵਲ ਲਾਈਫ ਵਿੱਚ ਆ ਕੇ ਕੀ ਤੁਹਾਡੇ ਰੂਟੀਨ ਹੈਗੇ ਕੀ ਲਾਈਫ ਸਟਾਈਲ ਆ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਤਾਂ ਕਿ ਤੁਹਾਡੀ ਐਗਜ਼ਾਮਪਲ ਫੋਲੋ ਕਰਕੇ ਇੱਦਾਂ ਦਾ ਲਾਈਫ ਸਟਾਈਲ ਜ਼ਰੂਰ ਅਪਣਾਓ. ਆਈ ਵੁੱਡ ਸੇ ਵਨ ਥਿੰਗ ਜੀ ਜੀ ਦੈਟ ਇਟ ਇਜ਼ ਐਕਸਟ੍ਰੀਮਲੀ ਐਸੈਂਸ਼ੀਅਲ ਫੋਰ ਲਾਈਫ to have a very good social circle you should have very good friends around you like-minded friends who would stand by you both in good and bad time. Very good. And to that extent I am extremely lucky that I could not have found a better set of friends as I have in Jalandhar. Very good. And having been in army one has led a disciplined life throughout. Yes, sir. And after retirement, I find there's no change in that. Yeah, so you have regulated your lifestyle in a disciplined manner that you create job for yourself to remain busy. You don't be lonely anytime. You have so many things to do in society. You have created a kind of curriculum for yourself which keeps you busy. I play golf very regularly in the evening. No, let us start from the early morning routine. ਸਵੇਰੇ ਕਿੰਨੇ ਵਜੇ ਉੱਠਦੇ ਹੋ? ਕੀ routine ਹੁੰਦਾ ਹੈਗਾ? Okay, right. I will go through that. I get up around 6 o'clock in the morning. Yeah. And with a early cup of tea, I go for a walk. Yeah. And I do brisk walking for about 3 kilometers. Good. Come back. And I do water therapy. Yeah. I take 2 glasses of water with lemon juice and aloe vera juice and bit of haldi also. Good. And thereafter, self and my wife, we both do yoga for about 40 minutes. Good, good. And that is a very regular exercise for us. And having done that, we are through for our breakfast. Yeah. We have a very simple breakfast. Basically, it is oats meal in the morning. Oats meal. And I consume a lot of seeds, including almonds and walnut. Mm-hmm. Yes, daliya vagaira bana lene. Haan ji, daliya da. Ude vich sare seeds paake khai de. Yes, yes. I don't take bread at all. I don't take potatoes at all. And I don't take parathas at all. And I ਪਰੌਠਾ ਕਦੀ ਕਦੀ ਤਾਂ ਖਾ ਲਿਆ ਕਰੋ ਸਵਾਦ ਹੁੰਦਾ ਹੈਗਾ. ਇਫ ਆਈ ਡੂ ਦੈਟ ਦੈਟ ਵਿਲ ਬੀ ਵਿਦਆਊਟ ਘੀ. ਇਟ ਵਿਲ ਬੀ ਅ ਕਾਈਂਡ ਆਫ ਮਿੱਸੀ ਰੋਟੀ. ਯੈਸ ਯੈਸ ਵਿਦ ਮੇਥੀ ਐਂਡ ਮਿੱਸੀ ਰੋਟੀ. ਯੈਸ ਸਰ ਨੋਟ ਪਰੌਠਾ. ਦੈਟ ਇਜ਼ ਆਲਸੋ ਓਕੇ. ਹਾਂਜੀ. ਐਂਡ ਰਾਊਂਡ ਅਬਾਊਟ 11 ਓ'ਕਲੋਕ ਵੀ ਹੈਵ ਵੈਰੀ ਗੁੱਡ ਹੈਲਪਿੰਗ ਆਫ ਫਰੂਟਸ. ਉਹਦੇ ਵਿੱਚ ਵਟ ਡੂ ਯੂ ਟੇਕ? ਵੀ ਟੇਕ ਯੂ ਕੁਡ ਸੇ ਇਟ ਕੁਡ ਨਾਰਮਲੀ ਐਵਰੀ ਡੇ ਦੇਰ ਇਜ਼ ਅ ਫਰੈਸ਼ ਗਲਾਸ ਆਫ ਜੂਸ ਐਂਡ ਦੇਅਰ ਆਫਟਰ ਅਬਾਊਟ ਹਾਫ ਐਨ ਆਵਰ gap we take like say apple, papaya. Yes, we take that. Then we are through for lunch. At lunch time, half an hour before lunch, we have full plate solid helping of salad which we take from our kitchen garden. And we have lunch again in the afternoon around about 4 o'clock or maybe 5 o'clock. We again have one helping of fruits. And in the evening, it is very simple, light food, basically more emphasis on vegetables and very little emphasis on chapati. And before sleeping, a cup of hot milk with haldi. That's my routine of every day. And in the evening, around about 3 o'clock, I go to play
I go for playing golf for about 2 hours. Army Golf Club. Yeah, and it is a very good interaction with my friends there. Yeah. We exchange our ideas. Good. And it's a good, I would say that's a kind of mental yoga for me. You are there for about 2-3 hours? Minimum 2 hours. They, most of our army officers are very fond of whiskey, rum, etc. Do you take such alcohol drinks or not? You may be perhaps surprised to know that I'm a teetotaler. I don't drink at all. It is a very rare combination, especially yes, in the army. Yes, you can say so. You can say so, but somehow I never started it. ਨਹੀਂ ਜਦੋਂ ਆਰਮੀ ਦਾ ਤੁਹਾਡਾ ਕੈਰੀਅਰ ਸੀ ਉਦੋਂ ਵਾਸ ਦੇ ਆਰ ਪ੍ਰੈਸ਼ਰ ਫਰੋਮ ਯੂਅਰ ਨੈਵਰ ਸੋ ਨੈਵਰ ਸੋ ਇਟਸ ਯੂ ਵਿਲ ਇਫ ਯੂ ਵਾਂਟ ਟੂ ਸਟੇ ਵਿਦਆਊਟ ਇਟ ਯੂ ਕੈਨ ਦੇਰ ਇਜ਼ ਨੋ ਪ੍ਰੈਸ਼ਰ ਐਟ ਆਲ ਚਲੋ ਇਹਦੇ ਨਾਲ ਨਾਲ ਜਿਹੜਾ ਤੁਹਾਡਾ ਇੱਕ ਇੰਪੋਰਟੈਂਟ ਆਸਪੈਕਟ ਇਹ ਹੈਗਾ ਯੂ ਆਰ ਵੈਰੀ ਕੀਨ ਔਰਗੈਨਿਕ ਫਰੂਟਸ ਐਂਡ ਵੈਜੀਟੇਬਲ ਫਾਰਮਰ ਆਲਸੋ ਦੈਟ ਇਜ਼ ਯੂਅਰ ਪੈਸ਼ਨ ਉਹਦੇ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਰੀਲੀ ਨੋਟ ਅ ਫਾਰਮਰ ਆਈ ਹੈਵ ਗੋਟ ਇਨਫ ਸਪੇਸ ਇਨ ਮਾਈ ਹਾਊਸ ਐਂਡ ਮੈਂ ਬਹੁਤ ਗਾਰਡਨਿੰਗ ਲਈ ਮੇਰਾ ਬਹੁਤ ਮੈਨੂੰ ਸ਼ੌਕ ਹੈਗਾ ਗੁੱਡ ਗੁੱਡ ਇਹ ਡੋਮੈਸਟਿਕ ਗਾਰਡਨਿੰਗ ਇਹ ਅੱਜ ਤੋਂ ਨਹੀਂ ਹੈਗਾ ਇਹ ਮੈਂ ਆਪਣੇ ਫਾਦਰ ਤੋਂ ਸਿੱਖਿਆ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਇਹ ਪੈਸ਼ਨ ਨੂੰ ਫੋਲੋ ਕਰਦਾ ਆਰਮੀ ਦੇ ਵਿੱਚ ਵੀ ਰਹਿ ਕੇ ਜਿੱਥੇ ਵੀ ਮੇਰੀ ਪੋਸਟਿੰਗ ਹੋਈ ਹੈ ਚਾਹੇ ਮੇਰਾ ਘਰ ਹੋਵੇ ਚਾਹੇ ਏਰੀਆ ਆਫ ਰਿਸਪੋਂਸਿਬਿਲਿਟੀ ਹੋਵੇ ਆਈ ਹੈਵ ਰਿਜ਼ੋਰਟਡ ਟੂ ਦੀ ਇਨਵਾਇਰਮੈਂਟਲ ਐਕਟੀਵਿਟੀਜ਼ ਇਨ ਦੋਜ਼ ਏਰੀਆਜ਼ ਦੈਟ ਇਜ਼ ਪਲਾਂਟੇਸ਼ਨ ਆਫ ਟ੍ਰੀਜ਼ ਐਂਡ ਹੈਵਿੰਗ ਅ ਵੈਰੀ ਗੁੱਡ ਗਾਰਡਨ ਇਨ ਮਾਈ ਹਾਊਸ ਐਂਡ ਆਫਟਰ ਰਿਟਾਇਰਮੈਂਟ ਯੂ ਹੈਵ ਸੀਨ ਮਾਈ ਹਾਊਸ ਮਾਈ ਗਾਰਡਨ ਅਰਾਊਂਡ ਦੈਟ ਵਿਲ ਸਪੀਕ ਫੋਰ ਇਟਸੈਲਫ ਆਈ ਐਮ ਵੈਰੀ ਫੌਂਡ ਆਫ ਫਲਾਵਰਸ I collect seeds myself, raise sapling myself, distribute saplings to my friends and also to the local parks in this area. And along with gardening, flower gardening, I do kitchen gardening. Good. And in the kitchen gardening, particularly winter, because summers we are not here, we go to US. In winter, I grow all possible vegetables that one can name in my house and in sufficient quantity therefore self and my wife and even for my domestic help those vegetables are more than enough nahi thode wife bhi cooperate karde ja oh kende kede kam te lagge ho tusi no it can't happen without her cooperation yes she is fully involved in planning yes and in execution of that plan sometimes watering yes and she takes active part in that very good. ਅਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਹੈਗੇ ਕੋਈ ਇੱਦਾਂ ਆਪਣੇ ਘਰ ਵਿੱਚ ਕੋਈ ਘਰੇਲੂ ਬਗੀਚੀ ਜਾਂ ਜਿਹੜੀ ਹੈਗੀ ਆ ਡੋਮੈਸਟਿਕ ਫਾਰਮਿੰਗ ਕਰਨਾ ਚਾਹੁੰਦੇ ਹੈਗੇ ਗਿਵ ਸਮ ਗੁੱਡ ਹਿੰਟਸ ਟੂ ਦੈਮ ਦੇਖੋ ਜੀ ਆਮ ਲੋਕਾਂ ਦੀ ਐਕਸਕਿਊਜ਼ ਹੁੰਦੀ ਹੈ ਕਿ ਮੇਰੇ ਕੋਲ ਥਾਂ ਨਹੀਂ ਹੈਗਾ ਅਗਰ ਤੁਹਾਡੇ ਕੋਲ ਵੇਕੈਂਟ ਹੋਰੀਜ਼ੋਂਟਲ ਸਪੇਸ ਨਹੀਂ ਹੈਗੀ ਤਾਂ ਯੂ ਹੈਵ ਅ ਵਰਟੀਕਲ ਸਪੇਸ ਦੈਟ ਇਜ਼ ਯੂ ਕੈਨ ਡੂ ਗਾਰਡਨਿੰਗ ਔਨ ਦਾ ਰੂਫ ਟਾਪ ਅਗਰ ਤੁਹਾਡੇ ਕੋਲ ਬਹੁਤ ਹੀ ਟਾਈਟ ਜਗ੍ਹਾ ਹੈਗੀ ਆ ਯੂ ਕੈਨ ਡੂ ਵੈਜੀਟੇਬਲ ਗਾਰਡਨਿੰਗ ਈਵਨ ਇਨ ਪੋਟਸ ਯੂ ਕੈਨ ਰੇਜ ਵੈਜੀਟੇਬਲਸ ਇਨ ਦੀ ਪੋਟਡ ਪਲਾਂਟਸ ਸੋ ਇਟ ਇਜ਼ ਓਨਲੀ ਥਿੰਗ ਦੈਟ ਇਫ ਯੂ ਹੈਵ ਵਿਲ ਟੂ ਡੂ ਯੂ ਕੈਨ ਡੂ ਆਈ ਕੈਨ ਓਨਲੀ ਸੋਰਟ ਆਫ ਗਿਵ ਮਾਈ ਓਨ ਐਕਸਪੀਰੀਅੰਸ ਦੈਟ ਦੀ ਕਾਇੰਡ ਆਫ ਵੈਜੀਟੇਬਲ ਦੈਟ ਵੀ ਗੈਟ ਫਰੋਮ ਅ ਹਾਊਸ ਦੇ ਆਰ ਐਬਸੋਲੂਟਲੀ ਔਰਗੈਨਿਕ pure straight from the garden to our kitchen and it's pleasure consuming those vegetables acha sham da ki routine hunda hega jivan tv wagaira dekhna ja kuch hor is tarah de ki shauk hai to alawa apart from gardening right in the evening when I come back from golf we sit down together self and my wife we have cup of tea yes when we finish a cup of tea we are almost ready to do FaceTime with our children and that takes about half an hour to 40 minutes the grandchildren also like to speak to us which is a very good it gives you very good feeling the children speak to you every day very good and thereafter you are through for your dinner I'm keen very keen to listen to the panel discussions on the TV just to get to know what's happening in the country both
economic side and also the political side and also the social side. I am also very keen to listen to the foreign channels that like CNN, BBC, so that one is conversant with the regional, national and international affairs. Chalo, apni jada family bare vi dasse, tu dass rahe si thodi jadi ladki daughter hai oh doctor hai, son-in-law vi doctor hai, paise vi change kamaunde honge, doctor ta baar mein dekhya te ladka ki karda oh vi sara jadon dasse ho sade darshan. Mere sade do bacche hai ji, daughter she is Nimrat Guraya and son Mandeep Sandhu. Daughter is elder, a very brilliant student. She was, I think, third in all over India in plus two. And she did that. No, she wanted to be a doctor. She chose to be a doctor. And we said, yes, do it. She did her MBBS from DMC College, Ludhiana. Thereafter, she took a considered decision to go to US for higher studies. She went to US, got married. Her husband is also a doctor. Both of them did their residency together. Then they did their fellowship together. So, daughter today is a nephrologist, that is kidney specialist. And her son-in-law is a pulmonologist, that is lung specialist. And they have two daughters, very lovely children. And my son did his B.Tech from India. And he also went to US for higher studies, did his master's, M.Tech from New Jersey. Thereafter he picked up a job with the HBO company, that is Home Box Office. That is a big channel company and he is in the software division of that company. And he is a team leader now. Very regularly. And my daughter-in-law, again she is from an army background, her father was a major in the army, they shifted to US long ago. This girl is also a brilliant girl. She did her BDS from after marriage. After marriage, she did her BDS from New York University. America. Very good. And thereafter, she has done her fellowship in ortho surgery. And she is going to be an ortho surgeon in June. Very good. So children are professionals. I would say we are very lucky to have that kind of children. Very good. Who take very good care of you. And we spend all summers with them. That means from May to September. Chalo, jande jande saade darshakan nu apne lifestyle follow kar layi. Jaroor ek message do char line da message deo. I would say that you must regulate your life by way of timings. Time is very important. Do not waste your life. Plan your time, plan your day, plan your food intake, plan your exercise, and I would say remain mentally and physically healthy. And for that you have to regulate your lifestyle. ਬਹੁਤ ਅੱਛੇ ਇਹ ਤੁਸੀਂ ਬੜੇ ਮੈਨੂੰ ਸੀਰੀਅਸ ਲੱਗਦੇ ਹੋ ਕਦੀ ਹੱਸਦੇ ਵੀ ਹੋ ਕੋਈ ਕੀ ਸ਼ੁਕਰ ਮਿਲੇ ਨੋ ਆਈ ਥਿੰਕ ਇਦਾਂ ਦਾ ਵੀ ਦੱਸ ਦਿਓ ਜਾਂਦੇ ਜਾਂਦੇ ਉਹ ਆਈ ਰੀਲੀ ਡੋਂਟ ਨੋ ਐਨੀ ਆਫ ਦੀ ਸੌਂਗਸ ਬਟ ਆਈ ਐਮ ਫੌਂਡ ਆਫ ਲਿਸਨਿੰਗ ਟੂ ਸੌਂਗਸ ਯਾ ਆਈ ਈਵਨ ਲਿਸਨ ਟੂ ਪੰਜਾਬੀ ਸੌਂਗਸ ਅੱਛਾ ਕਮੇਡੀ ਵਗੈਰਾ ਅੱਛੀ ਲੱਗਦੀ ਤੁਹਾਨੂੰ ਕੋਈ ਪੰਜਾਬੀ ਕਮੇਡੀ ਜਾਵੇ ਹੋਰ ਓ ਯੈਸ ਆਈ ਲਾਈਕ ਕਪਿਲ ਸ਼ਰਮਾ ਸ਼ੋ ਗੁੱਡ ਗੁੱਡ ਯੈਸ ਆਈ ਲਾਈਕ ਕਪਿਲ ਸ਼ਰਮਾ ਸ਼ੋ ਐਂਡ ਯੈਸ ਸ਼ੋਰਲੀ ਬਹੁਤ ਅੱਛੀ ਗੱਲ ਦਰਸ਼ਕੋ ਇਹ ਬ੍ਰਿਗੇਡੀਅਰ ਸਾਹਿਬ ਨੇ ਬਹੁਤ ਅੱਛੀਆਂ ਮੈਂ ਵੀ ਪਰਸਨਲੀ ਉਹਨਾਂ ਨੂੰ ਮਿਲ ਕੇ ਬੜਾ ਇੰਪ੍ਰੈਸ ਹੋਇਆ ਸਾਡਾ ਬੜਾ ਇੰਟਰੈਕਸ਼ਨ ਹੋਇਆ ਕਈ ਗੱਲਾਂ 'ਤੇ ਇਸ ਤਰ੍ਹਾਂ ਅਸੀਂ ਹੋਰ ਵੀ ਇੰਪੋਰਟੈਂਟ ਪਰਸਨੈਲਿਟੀਜ਼ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਥੈਂਕ ਯੂ ਵੈਰੀ ਮੱਚ ਬ੍ਰਿਗੇਡੀਅਰ ਸਾਹਿਬ ਬਹੁਤ ਅੱਛਾ ਲੱਗਾ ਮਿਹਰਬਾਨੀ ਥੈਂਕ ਯੂ ਵੈਰੀ ਮੱਚ